पटाके फुल बने मैच शेयर करी चलो बरे चल पा कर मेरे मित्रों भी होर लगा मैच जिन्हू साना वाला 15 का बरे अटैक रंट फैसला का कर दे शेयर कर दे वीरे 3-1 हो गए जोधपुरिया 3 हां 3 ते 1 दी टक्कर है ठीक है चमकौर वीरे ते इधर कहंदे 1.5 लाख नंबर है एवी राय सर वाले आ कोच दे दो सोले भाई गल क्योंकि जे जोधपुरिए लीड ला गए ते फिर पता तैनू भी है भी फिर दी इहना न्यां देना है फिर इहना ने मैच जित लेना मित्रा ए पता तैनू भी है इहना दे शेयर करो शेयर वीरे खास बांदी मेरे मित्रों 6वां नंबर जोड़ दिता है
ਭਾਈ ਜੋਧਪੁਰੀਏ ਟੀਮ ਦਾ ਕਿਰਿਆ ਕੰਮ ਯਾਰ ਤਾੜੀ ਮਾਰ ਕੇ ਵਧਾਓ ਫਾਸਲਾ ਮੁੰਡਿਆਂ ਦਾ ਆ ਛੇਵਾਂ ਪੁਆਇੰਟ ਕਦੇ ਜੁੜ ਗਿਆ ਐਂਡ ਫਿੱਟਾ ਕੈਪਟਨ ਆਰ ਕੇ ਪੂਰੇ ਕੋਚ ਆਰ ਕੇ ਬਈ ਜੇ ਆਹੀ ਹਾਰ ਰਿਹਾ ਤੇ ਆਇਆ ਪ੍ਰੀਤਾ ਦੇ ਕਿਆ ਪ੍ਰੀਤਾ ਵਾਲੀ ਗੱਲ ਹੋਣੀ ਹੈ ਜੇ ਆਹੀ ਹਾਰ ਰਿਹਾ ਨਾ ਦੱਸਿਆ ਜਿਵੇਂ ਸੁਲਤਾਨ ਸ਼ਾਂਸ਼ਪੁਰੀਏ ਦਾ ਡੈਡੀ ਖੇਡਦਾ ਸੀ ਕਬੱਡੀ ਤੇ ਲੋਕੀ ਕਹਿੰਦੇ ਸੀ ਵੀ ਆ ਆਇਆ ਪ੍ਰੀਤਾ ਤੇ ਕਿਆ ਪ੍ਰੀਤਾ ਤੇ ਹਾਲ ਫਿਰ ਉਹੀ ਹੋਣਾ ਹੈ ਆਓ ਸਾਹਮਣੇ ਛੇ ਦੇ ਕਹਿੰਦੇ ਇੱਕ ਦੀ ਟੱਕਰ ਨੰਬਰ ਸੱਤ ਨੇ ਜਿਹੜੇ ਮੁੰਡਾ ਨੇ ਕਹਿੰਦੇ ਟਰਾਈ ਕਰ ਦਿੱਤੀ ਹੈ ਵੀ ਦਿਲਾਖੇ ਰਿਸ਼ਕ ਦੀ ਬਾਜੀ ਆਓ ਕਦੇ ਹਾਰ ਕੇ ਬਹਿ ਜੀ ਨਾ ਤੇ ਖਿਡਾਰੀ ਜਿੱਤ ਵੀ ਜਾਂਦੇ ਨੇ ਆ ਖਿਡਾਰੀ ਹਾਰ ਵੀ ਜਾਂਦੇ ਨੇ ਆਓ ਬੱਲੇ ਬੱਲੇ ਹੋਈ ਪਈ ਹੈ ਜੋਧਪੁਰੀ ਅਨਿਲ ਦੇ ਲਈ ਵੱਡਾ ਜਿਹੜਾ ਪਿਆਰ ਭੇਜਿਆ ਮੈਂ ਬਹੁਤ ਧੰਨਵਾਦ ਕਰਦਾ ਹੈ ਵੱਡਾ ਮਾਣ ਜਿਹੜਾ ਜੋਧਪੁਰੀ ਅਨਿਲ ਦੇ ਲਈ ਭੇਜਿਆ ਹੈ ਮੈਂ ਵੀ ਦੱਸਿਆ ਜਿੱਦਾਂ ਦੀ ਲੋਕਾਂ ਨੂੰ ਆਸ ਉਮੀਦ ਸੀਗੀ ਨਾ ਜੇ ਜੱਸਾ ਜਿੱਤਦਾ 5500 ਤਾਂ ਦਿਲਪ੍ਰੀਤ ਗਿੱਲ ਵੱਲੋਂ ਆ ਤੇ 1000 ਰੁਪਇਆ ਨਰਿੰਦਰ ਟਵਾਣੇ ਰੱਬੋ ਵੱਲੋਂ ਬਿੱਲੇ ਰੱਬੋ ਵੱਲੋਂ ਜੇ ਜੱਸਾ ਮੈਂ ਜਿੱਦਾ ਜੇ ਜੱਸਾ ਮੈਂ ਜਿੱਦਾ ਤੇ ਜਨਪ੍ਰੀਤ ਗਿੱਲ ਕਨੇਡਾ ਕਹਿੰਦਾ 5500 ਆਪਣੇ ਵੱਲੋਂ ਤੇ ਬਿੱਲਾ ਰੱਬੋ ਵਾਲਾ ਯਾਰ ਉਧਰ ਬਿੱਲਾ ਰੱਬੋ ਵਾਲਾ ਕਹਿੰਦਾ 1000 ਆਪਾਂ ਦੇ ਦਾਂਗੇ ਮੈਂ ਵੀ ਜੱਸਾ ਜੀ ਆ ਮੈਂ ਜਿੱਤ ਗਿਆ ਤੇ 6100 ਰੁਪਇਆ ਦਿੱਤਾ ਜਾਊਗਾ 5500 ਰੁਪਇਆ ਦਿਲਪ੍ਰੀਤ ਗਿੱਲ ਕਨੇਡਾ ਵਾਲਾ ਸਾਡਾ ਯਾਰ ਕਹਿੰਦਾ ਵੀ ਆਪਾਂ ਦੇ ਦਾਂਗੇ ਤੇ ਉਧਰ ਸਾਹਮਣੇ ਫੇਰ ਗੱਭਰੂਆਂ ਨੇ ਸਰਬਜਰੀ ਗੇਂਦ ਕਰ ਲਈ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਆਓ ਸਾਹਮਣੇ ਖਿੱਚੋ ਖਿੱਚੋ ਕੰਮ ਨੂੰ ਉਰੇ ਮਿੱਤਰੋ ਮੁੰਡੇ ਨੇ ਪਿਆਰ ਵਰ ਪਿਆਰ ਨੇ ਵੀ ਜੰਗ ਦਾ ਮੈਦਾਨ ਤੇ ਭਾਵੇਂ ਖੇਡ ਦਾ ਮੈਦਾਨ ਆਓ ਰਾਜੇ ਖੇਲੇ ਤਲੀ ਦੇ ਟਕਾਉਣੀ ਭੈਣੀ ਜਾਨ ਚਿੱਪ ਕੱਢ ਕੇ ਯਾਰਾਂ ਨੇ ਕਿੱਲ ਕੱਢ ਕੇ ਤੇ ਕੀਤੀ ਖੋਕ ਕੇ ਤਸੱਲੀ ਨਾਲ ਝੱਟ ਮਿੱਤਰੋ ਆਓ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਆ ਝੜ ਗਈ ਸਰੀਰਾਂ ਨਾਲੋ ਕਰਦੇ ਹੋ ਸ਼ੇਅਰ ਕਰਦੇ ਹੋ ਵੀਰੇ ਆਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਆਓ ਝੜ ਗਈ ਸਰੀਰਾਂ ਨਾਲੋ ਕੰਡ ਮਿੱਤਰੋ ਕੰਡ ਤੇ ਹਾਲੇ ਝੜਦੀ ਆ ਆ ਕਹਿੰਦੇ 1-8 ਦੀ ਟੱਕਰ ਆ ਮੇਰੇ ਮਿੱਤਰੋ ਦਿਲਪ੍ਰੀਤ ਗਿੱਲ ਕਨੇਡਾ ਨਾਲ ਕਹਿੰਦਾ 5500 ਜੱਸੇ ਨੂੰ ਦੇ ਦਿਆਂਗੇ ਆਪਾਂ ਜੇ ਮੈਂ ਦਿੰਦਾ ਤੇ 1000 ਬਿੱਲਾ ਰੱਬੋ ਆ ਯਾਰ ਕਹਿੰਦਾ ਵੀ
ਆਪਾਂ ਪਾਰ ਕਰ ਦਿਆਂਗੇ ਰੁਪਈਆ 500 ਤੇ ਅੱਜ ਸ਼ੁਰੂ ਦੇ ਦਿੱਤਾ ਜਾਣਾ ਮੇਰੇ ਮਿੱਤਰੋ ਜਿਹੜਾ 10 ਨੰਬਰ ਦੀ ਜਰਸੀ ਦੇ ਗੱਭਰੂ ਖੇੜੀ ਮਾਨ ਸਿੰਘ ਦੀ ਟੀਮ ਦਾ ਵੱਡਾ ਹਿੱਸਾ ਬਣਿਆ ਹੋਇਆ ਹੈ ਪਰ ਹੁਣ ਐਨ ਟਿਕਾਣੇ ਲੱਗਣਗੀਆਂ ਗੱਲਾਂ ਫਰਕ ਵੱਡਾ ਪੈ ਗਿਆ ਬੱਲੇ ਬੱਲੇ ਕੋਚ ਆ ਕੇ ਜਾਣੀ ਗੱਡਸਤੇ अगला मैच अगला फिर शेरू का चैने दूजा सैमी
9-1 ਵੱਡਾ ਧੰਨਵਾਦ ਹੈ। ਇੱਕ ਹੋਰ ਵੱਡੇ ਮਾਣ ਜਿਹੜੇ ਆਏ ਨੇ ਜੋਧਪੁਰੀ ਨਿਰਦਲੀ ਰਾਮੂ ਸਰ ਤੇ ਬਾਈ ਡੋਲ ਦੀ ਵੱਲੋਂ ਬਹੁਤ ਧੰਨਵਾਦ ਕਰਦੇ ਆ। ਵੀਰ ਨੇ ਪਹਿਲਾਂ ਵੀ ਖਿਡਾਰੀਆਂ ਦੇ ਮਾਣ ਕੀਤੇ ਹੈ ਤੇ ਹੁਣ ਵੀ ਵੱਡਾ ਪਿਆਰ ਜਿਹੜਾ ਜੋਧਪੁਰੀ ਹੈ ਨਿਰਦਲੀ ਭੇਜਿਆ ਹੈ, ਮੈਂ ਧੰਨਵਾਦ ਕਰਦਾ ਹੈ। ਲਓ 9-1 ਦੀ ਟੱਕਰ ਹੈ, ਅਗਲੀ ਸਰਵਿਸ ਕਰਨ ਲਈ ਫੇਰ ਗੱਭਰੂ ਤਿਆਰ ਵਰ ਤਿਆਰ ਹੈ। ਸ਼ੇਰੇ ਪੰਜਾਬ ਫੈਡਰੇਸ਼ਨ ਵਾਲੀਬਾਲ ਕੱਚੀ ਲਾਈਵ ਪੇਜ ਦੇ ਜ਼ਰੀਏ ਆ ਦੁਨੀਆ ਕਦੇ ਜੁੜੀ ਬੈਠੀ ਹੈ। ਲੈ ਵੀ ਜੋਧਪੁਰੀਆ ਤੇਜ਼ੀ ਨਾ ਕਰ ਮੇਰੇ ਮਿੱਤਰਾ, ਆ ਗਲਤੀ ਦੀ ਗੁੰਜਾਇਸ਼ ਦੀ ਕੋਈ ਸੈਮੀ ਫਾਈਨਲ ਮੈਚ ਹੈ, ਹੁਣ ਕੌਣ ਦਸਵਾਂ ਜੋੜਦਾ ਮੇਰੇ ਮਿੱਤਰੋ? 15 ਪੁਆਇੰਟਾਂ ਦੀ ਜਿਹੜੀ ਖੇਡ ਹੈ, ਗੱਲਾਂ ਲੱਗਣਗੀਆਂ ਟਿਕਾਣੇ ਮੇਰੇ ਮਿੱਤਰੋ। ਉਧਰ ਇੱਕ ਵੱਡਾ ਸੰਘਰਸ਼ ਕਹਿੰਦੇ ਲੱਗਿਆ ਹੋਇਆ ਮੇਰੇ ਮਿੱਤਰੋ, ਜਿਹੜਾ ਪੰਜਾਬ ਗੌਰਮੈਂਟ ਦੇ ਨਾਲ ਨਹੀਂ ਸਮੋ ਪੰਜਾਬ ਹਰਿਆਣੇ ਦੀ ਇੱਕ ਸਾਂਝੀ ਜੰਗ ਜਿਹੜੀ ਲੱਗੀ ਹੋਈ ਹੈ ਸੈਂਟਰ ਗੌਰਮੈਂਟ ਦੇ ਨਾਲ, ਵਧੀਆ ਵਧੀਆ ਵੀਰੇ, ਜਿੱਤਣਾ ਉਹ ਵੀ ਬੜਾ ਜ਼ਰੂਰੀ ਹੈ। ਆਓ ਬੱਲੇ ਬੱਲੇ ਹੋਈ ਪਈ ਹੈ ਮੇਰੇ ਮਿੱਤਰੋ, ਵੀ ਅਣਖੀ ਪੁੱਤ ਤੁਸੀਂ ਗੁਰੂ ਦਸ਼ਮੇਸ਼ ਦੇ ਤੇ ਦੁਨੀਆ ਜਾਣਦੀ ਹੈ ਤੁਹਾਡੇ ਚਿਹਰੇ ਨੂੰ। ਆਓ ਧੂ ਧੂ ਕੇ ਮੈਣ ਚੋ ਤਲਵਾਰਾਂ ਤੁਸੀਂ ਬਾਈ ਤੋੜਿਆ ਵੈਰੀ ਦੇ ਘੇਰੇ ਨੂੰ ਤੇ ਕੁਰਬਾਨੀ ਤੁਹਾਡੀ ਨੂੰ ਸਾਰਾ ਜੱਗ ਜਾਣਦਾ ਹੈ। ਮੈਂ ਤੋੜ ਕੇ ਦੱਸਾਂ ਆਓ ਕਿਹੜੇ ਕਿਹੜੇ ਨੂੰ ਉੱਤੋਂ ਦੀ ਕਿਰਪਾਨਾਂ ਫੜਦੀਆਂ ਤੁਹਾਡੇ ਤੇ ਗੁੱਟਾਂ ਚ ਸਰਬ ਲੋ ਦੇ ਘੜੇ ਹੈ ਤੇ ਚੰਨਾ ਥੋਡੀਆਂ ਚ ਬਾਈ ਘੋੜੀਆਂ ਨੱਚਦੀਆਂ ਘੋੜੀਆਂ ਪੰਪੀ ਮਰ ਜਾਂਦਾ ਕੋਚ ਬਈ ਯਾਰ ਕਿਆਰਾ ਖੜੇ ਹੈ ਆਪਣੀਆਂ ਜ਼ਮੀਨਾਂ ਬਚਾਉਣ ਲਈ ਲਾਏ ਧਰਨੇ ਤੁਸੀਂ ਤੇ ਪਿੰਡੋਂ ਭਰ ਭਰ ਤੋਰੀਆਂ ਟਰਾਲੀਆਂ ਆਓ ਰੋਕਣ ਨੂੰ ਫਿਰਦਾ ਸੀ ਹਰਿਆਣੇ ਚ ਖੱਟਰ ਫੋਨੋ ਓਏ ਰਾਈਟ ਬਾਲ ਟਾਲੀਆਂ ਲਾਵੇ ਤਾਰੀ ਕੇਡ ਆਓ ਰੋਕਣ ਨੂੰ ਫਿਰਦੇ ਸੀ ਫਾਰਮ ਟਰੈਕ ਸਰਕਾਰ ਨੇ ਪਰਵਾਹ ਨਹੀਂ ਕੀਤੀ ਲੋਕ ਤੰਤਰ ਦੀ ਤੇ ਤੀਜੇ ਲੋਜ ਧੱਕ ਦੇ ਕੰਟੇਨਰ ਬਈ ਤੁਸੀਂ ਤੇ ਚਿੜੀ ਥੱਲੇ ਨਹੀਂ ਲੱਗਣ ਦਿੱਤੀ ਸਲੈਂਸਰ ਦੀ ਦੂਜਾ ਨੰਬਰ ਜੁੜ ਗਿਆ ਵੀਰੇ ਖੇੜੀ ਮਾਨ ਸਿੰਘ ਦੇ ਉੱਤੇ ਤੂੰ ਜੋਰੇ ਦੇਖ ਜਵਾਨਾਂ ਦੇ ਆਓ ਦਿੱਲੀ ਦੀਆਂ ਸੜਕਾਂ ਦੇ ਤੰਬੂ ਵੜਦੇ ਤੰਬੂ ਤੇ ਲੰਗਰ ਚੱਲਦੇ ਆ ਬਦਾਮਾਂ ਦੇ ਰਾਸ਼ਨ ਪਾਣੀ ਸਾਰਾ ਨਾਲ ਲੈ ਕੇ ਆਏ ਆ ਤੇ ਕੁਝ ਕਰਕੇ ਮੁੜਾਂਗੇ ਬਈ ਤੀਜਾ ਨੰਬਰ ਜੁੜ ਗਿਆ ਵੀਰੇ ਮੈਚ ਅਜੇ ਬਾਕੀ ਹੈ ਤੀਜਾ ਨੰਬਰ ਜੁੜ ਗਿਆ ਬਈ ਤੇ ਪਰਵਾਹ ਨਹੀਂ ਕਰਦੀ ਮੌਤ ਦੀ ਤੇ ਟਵਿੱਟਰ ਤੇ ਟਵੀਟ ਕਰ ਕਰਕੇ ਤੁਸੀਂ ਬਈ ਕੀ ਘਰਾਂ ਦੀ ਕੰਗਣਾ ਰਣਾਉਂਦੀ ਹੱਕ ਲਏ ਜਿਹੜਾ ਆਉ ਮੁੜਦੇ ਨਹੀਂ ਪਿੰਡਾਂ ਨੂੰ ਤੇ ਭਾਵੇਂ ਬੜੀਆਂ ਕੱਟ ਲਈ ਅਗਲਾ ਮੈਚ ਹੈ ਬਈ ਸ਼ੇਰੂਗਾ ਅਗਲਾ ਮੈਚ ਚੈਣੇਵਾਲ ਕੇ ਸਾਥ ਦੂਸਰਾ ਸੈਮੀ ਦਾ ਪਿੰਡ ਤੇ ਅੱਧਾ ਹਰਿਆਣਾ ਬਈ ਦਿੱਲੀ ਫਿਰਦਾ ਨਾਲੇ ਕੱਟੀ ਜੱਥੇ ਬੰਦੀਆਂ ਆਉ ਠੱਲ ਪੈਂਦੀ ਨਹੀਂ ਸਮੁੰਦਰਾਂ ਨੂੰ ਤੇ ਨੱਕੇ ਮੁੜਦੇ ਨਹੀਂ ਦੇਖੇ ਕਦੇ ਨਹਿਰ 3-8 ਜਾਂ 3-9 ਆ 3-9 ਬਈ ਤੈਨੂੰ ਦੱਸਤਾ ਇੱਥੇ ਕਮਜ਼ੋਰੀ ਇਹਨਾਂ ਦੀ
ਮੈਨੂੰ ਕਹਿੰਦਾ ਕੀ ਕਮਜ਼ੋਰੀ ਆ ਉਹਨੂੰ ਪੁੱਛ ਮੈਂ ਕੀ ਜਵਾਬ ਦਿੱਤਾ ਬੜਾ ਬੰਦਾ ਭੈਣ ਹਾਂਜੀ ਹਾਂਜੀ 15 ਦੀ ਗੇਮ ਆ 15 ਦੀ ਵੀਰੇ ਨਵਾਬ ਆ ਮਹਿਲ ਖੁਰਦ ਵਾਲਾ ਵੀਰੇ ਨਵਾਬ ਮਹਿਲ ਖੁਰਦ ਨੈਟ ਤੇ ਸਹੀ ਆ ਬਾਲਾ ਫਿੱਟ ਆ ਕਰਮਵੀਰ ਬਾਈ ਸਕੋਰ ਹੀ ਬਹੁਤ ਮਾਰਦੇ ਬੰਦੇ ਨੇ ਯਾਰ ਬਾਲੀ ਕੱਬੀ ਵਾਲ ਮਾਰਦਾ ਸਾਹਮਣੇ ਰਿਲੀਜ਼ ਕਰ ਗਿਆ ਜਲਦੀ 11-4 ਜੱਸਾ ਆ ਗਿਆ ਫੇਰ ਸੈਂਟਰ ਦੇ ਵਿੱਚ ਲੈ ਵੀ ਜੱਸਿਆ ਹੁਣ ਤੇ ਇੱਕ ਪਾਸਾ ਕਰਨਾ ਪੈਣਾ ਆ ਹਾਲਾਤ ਕਰੋ ਜਾਂ ਮਰੋ ਵਾਲੇ ਬਣ ਗਏ ਹੈ ਆ 11-4 ਦੀ ਟੱਕਰ ਬੱਲੇ ਬੱਲੇ ਕੋਚ ਕੋਲੇ ਨਾ ਸਿੱਟੋ ਬਾਲ ਜ਼ਰੂਰ ਕੋਚ ਵਾਲਾ ਪੈਣੀ ਵਾਲ ਮਾਰਦਾ ਜਾਂ ਫਿਰ ਚੇਂਜ ਹੋ ਰਹੀ ਹੈ ਇਹਦੇ ਬਾਤਾਂ ਸਹੇ ਦੀਆਂ ਨੇ ਕਿਹੜੀ ਮਾਨ ਸਿੰਘ ਵਾਲੇ ਉਹ ਕਿਵੇਂ ਲੱਗਿਆ ਕੋਚ ਦਾ ਕੰਮ ਬਈ ਓਏ ਤੇ ਦਿੱਲੀ ਪਹਿਲੀ ਓਏ ਹਾਏ 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 ਤੇ ਜੇ ਕੋਈ 19-21 ਗੱਲ ਹੋ ਗਈ ਨਾ ਤੇ ਕੱਲਾ ਕਿਲੋਮੀਟਰ ਫਿਰ ਨੁੱਕਰ ਦੇ ਵਿੱਚ ਓਕੇ ਪਾਰਸ ਬੜੀ ਦੂਰ ਆ ਇੱਥੋਂ ਤੇ ਕੱਲਾ ਕਿਲੋਮੀਟਰ ਦਲਸਾਦ ਦੂਰ ਬਾਹਲੀ ਪੈ ਜਾਣਾ ਹੈ ਦਲਸਾਦ ਹਾਂਜੀ ਜੇ ਕੋਚ ਫਾਈਨਲ ਜਿੱਦਾਂ ਪਾਰਸ ਢਾਬਾ ਵੱਲੋਂ 1100 ਦਿੱਤਾ ਜਾਣਾ ਗੂਗਲ ਪੇ ਕਰ ਦੂ ਆਪਾਂ ਨੂੰ ਉਧਰ ਕੋਚ ਜੇ ਫਾਈਨਲ ਜਿੱਤਦਾ ਹੈ ਕਰਨੀ ਪੈਣੀ ਹੈ ਆਓ ਸਾਹਮਣੇ ਦੁਨੀਆ ਪਿਆਰ ਬੜਾ ਖਰਚ ਕਰਦੀ ਹੈ ਮੇਰੇ ਮਿੱਤਰਾਂ ਤੇ ਹੁਣ ਆ ਜਿਹੜਾ ਪਿਆਰ ਸਤਿਕਾਰ ਦਾ ਮੁੱਲ ਮੋੜਨਾ ਪੈਣਾ ਪਾਲਾਂ ਲਾਉਣੀਆਂ ਪੈਣਗੀਆਂ ਆ ਸਾਹਮਣੇ ਖੇਡ ਦੇ ਮੈਦਾਨ ਵਿੱਚ ਬੱਲੇ ਬੱਲੇ ਹੀ ਆ 12 ਹੋ ਗਏ 12 ਜੀ ਵਾਹ ਜੀ ਵਾਹ 12 ਤੇ 4 ਫਰਕ ਵੱਡਾ ਹੈ ਕੋਚ ਨੂੰ ਕੱਪ ਦਿੱਤਾ ਜਾਊ ਜੇ ਜੱਸੇ ਤੇ ਬਾਲ ਮਾਰਦਾ ਰਿੱਕੀ ਕਿਰਪਾਲੇ ਵਾਲ ਵੱਲੋਂ ਉਧਰ ਕਿਰਪਾਲੇ ਵਾਲੀ ਆ ਰਿੱਕੀ ਸਾਡਾ ਵੀਰ ਹੈ ਜੇ ਕੋਚ ਜੱਸੇ ਦੇ ਬਾਲ ਮਾਰਦਾ ਹੈ ਤੇ ਕੋਚ ਦਾ ਚਿੱਟਾ ਕਾਂਡਾ ਤੇ ਉੱਤੇ ਕੱਪ ਦਾ ਸਨਮਾਨ ਕੀਤਾ ਜਾਵੇਗਾ ਵਾਹ ਓਏ ਕੋਚ ਸਕੀਮਾਂ ਵੱਡੀਆਂ ਲੱਗੀਆਂ ਨੇ ਕਿਰਪਾਲੇ ਵਾਲੀ ਆ ਰਿੱਕੀ ਦੁਨੀਆ ਦਾ ਕਹਿੰਦੇ ਮਹਾਨ ਬਿੱਲੇ ਦਾ 2000 ਕਰਦੇ ਬਿੱਲੇ ਦਾ ਟਾਈਮ ਖੇਡਿਆ ਤੇ ਗੁੱਡੀ ਕਹਿੰਦੇ ਅੰਬਰਾਂ ਤੇ ਰਹੀ ਹੈ ਭਰਾ ਸਾਡੇ ਦੀ ਤੇ ਆਪਣੇ ਫਿਊਚਰ ਨੂੰ ਬ੍ਰਾਈਟ ਕਰਨ ਦੇ ਲਈ ਭਰਾ ਸਾਡਾ ਵਿਦੇਸ਼ਾਂ ਦੀ ਜਾ ਵਸਿਆ ਹੈ ਉਹ ਸਾਡੇ ਸਾਰੇ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਹੈ ਜਿਹੜੇ ਵਾਲੀਬਾਲ ਖੇਡ ਦੇ ਨਾਲ ਹਾਲੇ ਤੱਕ ਵੀ ਜੁੜੇ ਬੈਠੇ ਹੈ ਕਿਰਪਾਲੇ ਵਾਲੇ ਪਿੰਡ ਦਾ ਰਿੱਕੀ ਉਹ ਵੀ ਸਾਡਾ ਵੀਰ ਹੈ ਤੇ ਲਾਈਵ ਤੱਕ ਰਿਹਾ ਭਰਾ ਸਾਡਾ ਕਹਿ ਰਿਹਾ ਹੈ ਵੀ ਜੇ ਕੋਚ ਜੱਸੇ ਦੇ ਤਾਲ ਮਾਰ ਕੇ ਪੁਆਇੰਟ ਜੋੜੇ ਤੇ ਆਪਾਂ ਵੱਡੇ ਮਾਰ ਕਰ ਦਿਆਂਗੇ ਇੱਕ ਵੱਡੇ ਕੱਪ ਦੇ ਨਾਲ ਤੇ ਪਾਰਸ ਕਹਿੰਦਾ ਢਾਬਾ ਵਾਲਾ ਵੀ ਆਪਾਂ 1100 ਦੇ ਦਿਆਂਗੇ ਕੋਚ ਨੂੰ
ਗੱਲਾਂ ਹੋਣਗੀਆਂ ਮੇਰੇ ਮਿੱਤਰੋ। ਆ 12 ਵਿਕਾਂ ਦੇ 4 ਦੀ ਟੱਕਰ ਹੈ ਤੇ ਸੈਂਟਰ ਤੋਂ ਉਹਨਾਂ ਨੇ ਮੋਨੂ ਨੂੰ ਸੱਦ ਲਿਆ ਵੀ ਮੋਨੂ ਐ ਹੀ ਕੰਮ ਲੋਟ ਆਉਣਾ ਹੈ, ਹੁਣ ਕੰਮ ਲੋਟ ਕਰਨਾ ਪੈਣਾ ਆਪਾਂ ਨੂੰ। ਆਓ ਸਾਹਮਣੇ ਖੇਡ ਦੇ ਮੈਦਾਨ 'ਚ ਅਗਲੀ ਸਰਵਿਸ ਕਰਨ ਦੇ ਲਈ ਮੁੰਡੇ ਕਹਿੰਦੇ ਤਿਆਰ ਪਰ ਤਿਆਰ ਰਹੇ ਆ। ਲੈ ਵੀ ਦੱਸਿਆ ਬੱਲੇ ਬੱਲੇ ਕਰਾਉਣੀ ਪੈਣੀ ਹੈ, ਦੁਨੀਆ ਤੇਰੇ ਲਈ ਵਿਹਦੀ ਹੈ ਵੀ ਆ ਰਾਏ ਸਿਰ ਪਿੰਡ ਦਾ ਜੱਸਾ ਦੁਨੀਆ ਤੋਪ ਕਹਿੰਦੀ ਹੈ। ਅਗਲੀ ਸਰਵਿਸ ਜਿਹੜੀ ਜੋਧਪੁਰੀਏ ਅਨਿਲ ਨੇ ਕਰ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਵੀ ਸੌਖੇ ਨਹੀਂ ਯਾਰ ਖੱਟਣੇ ਸਹਾਰਦੇ ਆ। ਆਓ ਲਾਉਣੇ ਪਿੰਡ ਆ ਫਿਰਦਾ ਕੰਮ ਵੀਰੇ ਲਾਸਟ ਪੁਆਇੰਟ ਆ ਗਿਆ ਲਾਸਟ ਵੀਰੇ ਜੋਧਪੁਰੀਏ ਦਾ ਉਹਨੇ ਲਾਸਟ ਆ ਗਿਆ ਵੀ ਲਾਸਟ ਦਾ ਨੰਬਰ ਆ ਲਾਸਟ ਪੁਆਇੰਟ ਆ ਵੀਰੇ ਜੋਧਪੁਰੀਏ ਦਾ ਲਾਸਟ ਲਾਸਟ ਨੰਬਰ ਹੈ ਗੁਰਜੀਤ ਲਾਸਟ ਹੈ ਠੀਕ ਹੈ ਜੀ ਹਲੇ ਅਗਲਾ ਮੈਚ ਹੋਣਾ ਬਈ ਸ਼ੇਰੂ ਤੇ ਸਜਨ ਦੀ ਟੱਕਰ ਹੈ ਹਲਾਤਾਂ ਦੇ ਵਿੱਚ ਜੋਧਪੁਰੀਆ ਫਾਈਨਲ ਚ ਦੂਜਾ ਸੈਮੀ ਬਾਰੇਗਾ ਮੁਬਾਰਕਾਂ ਨੇ ਟੀਮ ਜਿਹੜੀ ਫਾਈਨਲ ਚ ਪਹੁੰਚੀ ਹੈ ਭਰਾ ਸਾਡੇ ਦਾ ਮੈਂ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਵੀਰ ਸਾਡੇ ਦੂਰੋਂ ਨੇੜੇ ਆਏ ਹੈ।